ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਜੋਈਆ, ਅਤੇ ਤੁਸੀਂ ਦੇਖ ਰਹੇ ਹੋ ਪਿਆਰਾ ਪੰਜਾਬ ਟੀਵੀ। ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਬੈਲ ਆਈ ਅਕਾਊਂਟ ਮਾਰੋ, ਹਰ ਤੱਕ ਆਉਣ ਵਾਲੀ ਹਰ ਵੀਡੀਓ ਕਾ ਨੋਟੀਫਿਕੇਸ਼ਨ ਦੋਸਤਾਂ ਵੀਰਾਂ ਭਰਾਵਾਂ ਤੱਕ ਬਆਸਾਨੀ ਪਹੁੰਚੇ। ਦੋਸਤੋ ਵੀਰਾਂ ਭਰਾਓ, ਜਿਵੇਂ ਕਿ ਤੁਹਾਨੂੰ ਪਤਾ ਹੈ, ਪਿਆਰਾ ਪੰਜਾਬ ਟੀਵੀ ਤੁਹਾਡੇ ਵਾਸਤੇ ਅਨਮੋਲ ਤੋਹਫੇ ਲੈ ਕੇ ਆਉਂਦਾ ਹੈ। ਇਸੇ ਤਰੀਕੇ ਨਾਲ ਹਰ ਜੁਮੇਰਾਤ ਭਾਈ ਇਰਫਾਨ ਦੀ ਬਾਖੜੀਆਂ ਦੀ ਅਤੇ ਦੁੱਧ ਵਾਲੀਆਂ ਮੱਝਾਂ ਦੀ ਵੀਡੀਓ ਲੱਗਦੀ ਹੈ। ਦੋਸਤਾਂ ਵੀਰਾਂ ਭਰਾਵਾਂ ਵਾਸਤੇ ਗੁਜ਼ਾਰਿਸ਼ ਹੈ, ਵੀਡੀਓ ਨੂੰ ਅੱਵਲ ਤੋਂ ਲੈ ਕੇ ਅਤੇ ਐਂਡ ਤੱਕ ਸੁਣਨਾ, ਤਾਂ ਕਿ ਡੰਗਰ ਦੀ ਸਾਰੀ ਡਿਟੇਲ ਦਾ ਪਤਾ ਲੱਗੇ। ਜਿਨ੍ਹਾਂ ਦੋਸਤਾਂ ਵੀਰਾਂ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਵਾਸਤੇ ਖਸੂਸੀ ਦਰਖਾਸਤ ਹੈ, ਆਪਣਾ ਚੈਨਲ ਪਿਆਰਾ ਪੰਜਾਬ ਟੀਵੀ ਇਹਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਲਾਈਕ ਸ਼ੇਅਰ ਦਾ ਕੋਈ ਪੈਸਾ ਨਹੀਂ ਹੁੰਦਾ, ਦੋਸਤਾਂ ਵੀਰਾਂ ਭਰਾਵਾਂ ਦਾ ਲਾਈਕ ਸ਼ੇਅਰ ਸਾਡੀ ਹੁੰਦੀ ਹੌਸਲਾ ਅਫਜ਼ਾਈ। ਅਤੇ ਦੋਸਤਾਂ ਵੀਰਾਂ ਭਰਾਵਾਂ ਵਾਸਤੇ ਇਹ ਵੀ ਗੁਜ਼ਾਰਿਸ਼ ਹੈ, ਆਪਣੇ ਚੈਨਲ 'ਤੇ ਤਾਜ਼ੀਆਂ ਸੂਈਆਂ ਮੱਝਾਂ ਵੀ ਸੇਲ ਹੁੰਦੀਆਂ ਨੇ। ਦੋਸਤਾਂ ਵੀਰਾਂ ਭਰਾਵਾਂ ਦਾ ਗੁਜ਼ਾਰਿਸ਼ ਹੈ, ਵੀਡੀਓ ਨੂੰ ਅੱਵਲ ਤੋਂ ਲੈ ਕੇ ਐਂਡ ਤੱਕ ਸੁਣਨਾ, ਹੁਣ ਬਾਕੀ ਜਿਹੜੀ ਡਿਟੇਲ ਹੈ ਉਹ ਲਾਂਗੇ ਭਾਈ ਇਰਫਾਨ ਤੋਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਭਾਈ ਇਰਫਾਨ, ਆਪਣੇ ਅੱਜ ਕਿੰਨੇ ਡੰਗਰ ਨੇ? ਅੱਜ ਆਪਣੇ ਹੈਗੇ 8 ਡੰਗਰ ਜੀ। ਮਾਸ਼ਾਅੱਲਾ ਜੀ, 8 ਡੰਗਰ ਨੇ, ਇਹਦੇ 'ਚੋਂ ਗੱਬਣ ਕਿੰਨੇ ਨੇ ਅਤੇ ਦੁੱਧ ਵਾਲੇ ਕਿੰਨੇ ਨੇ? ਇਹਦੇ 2 ਗੱਬਣ ਹੈਗੇ, ਬਾਕੀ ਦੁੱਧ ਵਾਲੇ ਆ ਜੀ। ਉਹ ਮਾਠਾ। ਅੱਛਾ ਜੀ, 2 ਗੱਬਣ ਨੇ, ਬਾਕੀ ਮਾਸ਼ਾਅੱਲਾ ਦੁੱਧ ਵਾਲੇ ਨੇ। ਠੀਕ ਹੋ ਗਿਆ, 8 ਡੰਗਰ ਨੇ ਟੋਟਲ। ਹਾਂਜੀ, ਠੀਕ ਹੋ ਗਿਆ ਜੀ। ਕੈਮਰਾਮੈਨ ਤਸੱਲੀਆਂ ਕਰਾ ਦੇ, ਮਾਸ਼ਾਅੱਲਾ ਹਰ ਬੰਦੇ ਨੇ ਪੜ੍ਹਨੀ ਹੈ। ਮਾਸ਼ਾਅੱਲਾ, ਫੁੱਲ ਖੂਨ ਪਿੱਚ ਝੋਟੀ, ਧੁੰਨੀ ਕੌਲੀ ਦਾ ਨਾਮੋ ਨਿਸ਼ਾਨੀ, ਨਿੱਕੀ ਨਿੱਕੀ ਸਿੰਗੀ ਹੈ ਅਤੇ ਮਾਸ਼ਾਅੱਲਾ ਮੱਥੇ ਤੋਂ ਹੈਗੀ ਹੈ ਬੱਲੇ, ਚਿੱਟੀਆਂ ਸਫੈਦ ਅੱਖਾਂ, ਜਿਵੇਂ ਐਨਰਜੀ ਬਲਬ ਮੱਚਦਾ। ਇਹ ਜੀ ਝੋਟੀ ਨੰਬਰ ਹੈਗੀ ਹੈ 1, ਚੂਰਕੁਨੇ ਸਿੰਘ, ਮਾਸ਼ਾਅੱਲਾ ਚੰਗੀ ਖੂਨ ਪਿੱਤ ਵਾਲੀ, ਮਾਸ਼ਾਅੱਲਾ ਅੱਲਾਹ ਤਾਲਾ ਨੇ ਬੜਾ ਪਾਵਰ ਵਾਲਾ ਗੁੱਲਾ ਲਾਇਆ, ਮਾਸ਼ਾਅੱਲਾ ਪਾਵਰ ਵਾਲਾ ਗੁੱਲਾ, ਫੁੱਲ ਖੂਨ ਪਿੱਤ, 1 ਹੱਡੀ ਦੀ ਮਾਲਕ, ਲੈਣ ਦੇਣ ਮੁਕੱਦਰ। ਲੈ ਚੱਲ ਵੀ ਹੈਗਾ, ਪਿਛਲੇ ਖੁਰ ਥੋੜ੍ਹੇ ਥੋੜ੍ਹੇ ਝੋਟੇ ਹੋਏ ਨੇ, ਲੈਣ ਦੇਣੇ ਮੁਕੱਦਰ, ਲੈਣੀ ਸਾਡੇ ਉਸ ਵੀ ਨੇ ਜਿੰਦੇ ਹੋਈ ਮੁਕੱਦਰਾਂ 'ਚ। ਹੁਣ ਇਹਦੀ ਡਿਟੇਲ ਲੈਂਦੇ ਹਾਂ ਭਾਈ ਇਰਫਾਨ ਤੋਂ। ਜੀ ਭਾਈ ਇਰਫਾਨ, ਝੋਟੀ ਨੰਬਰ 1 ਦੂਸਰੇ ਵਾਰੇ ਹੈਗੀ ਜੀ। ਮਾਸ਼ਾਅੱਲਾ ਜੀ, ਦੂਜਾ ਵਾਰਾ, ਕਿੰਨਾ ਦੁੱਧ, ਕਿੰਨਾ? 4 ਕਿਲੋ ਦੁੱਧ, ਪੌਣੇ 3 ਮਹੀਨੇ ਦੀ ਗੱਬਣ। ਮਾਸ਼ਾਅੱਲਾ ਜੀ, ਪਹਿਲੇ ਨੰਬਰ 'ਤੇ ਗੱਬਣ ਝੋਟੀ ਹੈਗੀ ਹੈ, 4 ਕਿਲੋ ਇਹਦੇ ਕੋਲ ਧਾਰਾਂ ਨੇ, ਅਤੇ ਪੌਣੇ 3 ਮਹੀਨਿਆਂ ਦੀ ਮਾਸ਼ਾਅੱਲਾ ਇਹ ਗੱਬਣ ਹੈਗੀ ਹੈ। ਵਾਰਾ ਹੈਗਾ ਇਹਨੂੰ ਜੀ ਦੂਸਰਾ, ਇਹ ਜੀ ਝੋਟੀ ਨੰਬਰ ਹੈਗੀ ਹੈ 1, ਇਹ ਗਰੰਟੀ ਸ਼ੁਦਾ ਗੱਬਣ ਹੈ ਸਾਡਾ। ਕੋਈ ਦੋਸਤ ਵੀਰ ਭਰਾ ਕਵੇ ਕਿ ਮੈਂ ਚੈੱਕ ਕਰਾ ਕੇ ਲਾਂਗਾ, ਬੇਸ਼ੱਕ ਜੀ ਚੈੱਕ ਕਰਾ ਕੇ ਲਿਜਾਣੀ ਹੁੰਦੀ, ਅਸੀਂ ਚੈੱਕ ਕਰਕੇ ਲਿਜਾ ਸਕਦਾ। ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ ਹੈ ਅਤੇ ਬੜਾ ਅੱਲਾਹ ਤਾਲੇ ਪਾਵਰ ਵਾਲਾ ਗੁੱਲਾ ਲਾਇਆ। ਇਹ ਜੀ ਝੋਟੀ ਨੰਬਰ ਹੈਗੀ ਹੈ 1, ਅਤੇ ਕੀ ਇਹਦੀ ਮੁਹੱਬਤਾਂ ਦੀ ਡਿਮਾਂਡ ਜੀ? ਇਹਦਾ 2,90,000 ਰੁਪਏ। ਅੱਛਾ ਜੀ, 2,90,000 ਰੁਪਏ ਦੀ ਡਿਮਾਂਡ ਹੈ, ਅਤੇ ਇਹਦੇ 'ਚੋਂ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਏ। 10,000 ਰੁਪਇਆ ਇਹਦੇ 'ਚੋਂ ਪਿਆਰ ਮੁਹੱਬਤ ਹੋਵੇਗਾ। 2,80,000 ਰੁਪਇਆ ਫਾਈਨਲ ਰੇਟ ਹੈਗਾ ਝੋਟੀ ਨੰਬਰ 1। ਝੋਟੀ ਨੰਬਰ 2 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਚਿੱਟੀਆਂ ਸਫੈਦ ਅੱਖਾਂ, ਜਿਵੇਂ ਐਨਰਜੀ ਬਲਬ ਮੱਚਦਾ। ਮਾਸ਼ਾਅੱਲਾ ਨਿੱਕੀ ਨਿੱਕੀ ਸਿੰਗੀ, ਨਿੱਕੀ ਨਿੱਕੀ ਸਿੰਗੀ, ਪਿਛਲੇ ਖੁਰ ਧੋਤੇ ਹੋਏ ਨੇ, 1 ਹੱਡੀ ਦੀ ਮਾਲਕ ਹੈ। ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ, ਭਾਵੇਂ ਵਲੇਟ ਕੇ ਜੇਬ 'ਚ ਪਾ ਲਓ, ਲੈਣੇ ਦੇਣੇ ਮੁਕੱਦਰ। ਲੈਣੀ ਸਾਡੀ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾਂ 'ਚ, ਭਵਾਨੇ 'ਤੇ ਚੀਨ ਦਾ ਨਿਸ਼ਾਨ ਬਣਾਇਆ, ਅਤੇ ਮਾਸ਼ਾਅੱਲਾ ਲਾਟੂ ਵਾਲਾ ਥਣ ਲੱਗਿਆ ਆ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਚੱਲਦੇ ਫਿਰਦੇ ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ। ਮਾਸ਼ਾਅੱਲਾ ਨਵਾਬਾਂ ਵਾਲੀ ਤੌਰ, ਹਰ ਚੀਜ਼ ਕੈਮਰੇ ਦੀ ਨਜ਼ਰ, ਖੁੱਲ੍ਹਾ ਡੁੱਲਾ ਪੁੱਠਾ, ਸਿੱਧੀ ਪੱਧਰੀ ਝੋਟੀ, ਲੈਣ ਦੇਣੇ ਮੁਕੱਦਰ। ਬਾਕੀ ਡਿਟੇਲ ਲੈਂਦੇ ਹਾਂ ਭਾਈ ਇਰਫਾਨ ਤੋਂ। ਜੀ ਭਾਈ ਇਰਫਾਨ, ਝੋਟੀ ਨੰਬਰ 2 ਦੂਸਰੇ ਵਾਰੇ ਹੈਗੀ ਜੀ। ਮਾਸ਼ਾਅੱਲਾ ਜੀ, ਦੂਜਾ ਵਾਰਾ, ਦੁੱਧ ਕਿੰਨਾ ਜੀ? ਦੁੱਧ ਇਹਦੇ ਕੋਲ 6 ਕਿਲੋ। ਅੱਛਾ ਜੀ, 6 ਲੀਟਰ ਦੁੱਧ ਹੈ, 1 ਟਾਈਮ ਦਾ ਦੋਂਗਾ? ਦੋ ਟਾਈਮਾਂ ਦਾ ਜੀ, ਦੋ ਟਾਈਮ ਪਹਾੜੇ 'ਤੇ ਮਿਲਦੀ ਹੈ। ਵਾਰਾ ਇਹਨੂੰ ਹੈਗਾ ਜੀ ਦੂਜਾ,
6 ਲੀਟਰ ਇਹਨਾਂ ਕੋਲ ਦੁੱਧ ਹੈਗਾ ਤੇ ਅੱਗੇ ਕਿਵੇਂ ਵਾ? ਅੱਗੇ ਫੰਡਰ ਹੈ ਜੀ, ਅੱਗੇ ਹੈਗੀ ਜੀ ਫੰਡਰ ਹੈ, ਛੋਟੀ ਨੰਬਰ ਹੈਗੀ ਜੀ 2 ਮਾਸ਼ਾਅੱਲਾ ਨਵਾਬਾਂ ਦੀ ਤੌਰ 6 ਲੀਟਰ ਦੁੱਧ ਵਾਰਾ ਦੂਜਾ ਕੀ ਮਹੱਤਵ ਦੀ ਡਿਮਾਂਡ? ਇਹਦਾ 3,20,000 ਰੁਪਇਆ, 3,20,000 ਰੁਪਇਆ ਦੀ ਡਿਮਾਂਡ ਹੈ ਤੇ ਇਹਦੇ ਚ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਇਆ, 10,000 ਰੁਪਇਆ ਇਹਦੇ ਚ ਪਿਆਰ ਮੁਹੱਬਤ ਹੋਵੇਗਾ, 3,10,000 ਰੁਪਇਆ ਫਾਈਨਲ ਡਿਮਾਂਡ ਹੈਗੀ ਹੈ ਛੋਟੀ ਨੰਬਰ 2 ਦੀ, ਛੋਟੀ ਨੰਬਰ 3 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਜੀ ਚਾਰੇ ਖੁਰ ਧੋਤੇ ਹੋਏ ਨੇ, ਲੈਣ ਦੇਣੇ ਮੁਕੱਦਰ, ਚਰਨ ਫਿਰ ਨਾਲ ਛੋਟੀ ਬਰੀਕ ਧਾਗੇ ਰੰਗੀ ਪੂਛ ਭਾਵੇਂ ਵਲੇਟ ਕੇ ਜੇਬ 'ਚ ਪਾ ਲਓ। ਮਾਸ਼ਾਅੱਲਾ ਗਿੜ ਗਿੜ ਉੱਤੇ ਪਸ਼ਮ, ਲੈਣ ਦੇਣੇ ਮੁਕੱਦਰ, ਲੈਣੀ ਸਾਡੇ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾਂ 'ਚ, ਕਿਵੇਂ ਤਸੱਲੀਆਂ ਕਰਾ ਦੇ। ਮਾਸ਼ਾਅੱਲਾ ਸੱਜਣਾ ਵਾਲੇ ਹਵਾਨੇ ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਲੈਣ ਦੇਣੇ ਮੁਕੱਦਰ, ਚਿੱਟੀਆਂ ਸਫੈਦ ਅੱਖਾਂ, ਮੱਥੇ ਤੋਂ ਹੈਗੀ ਹੈ ਬੱਲੇ, ਮਾਸ਼ਾਅੱਲਾ ਖੁੱਲਾ ਡੁੱਲਾ ਪੁੱਠਾ, ਇਹਨੂੰ ਕਹਿੰਦੇ ਨੇ ਕੁਹਾੜਾ ਅੱਡੇ, ਨਿੱਕੀ ਨਿੱਕੀ ਚਮੜੀ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਝੋਟੀ ਨੰਬਰ 3, ਹਾਂਜੀ ਤੀਸਰੇ ਵਾਰੇ ਆ ਗਈ ਜੀ। ਮਾਸ਼ਾਅੱਲਾ ਜੀ ਤੀਜਾ ਵਾਰਾ ਤੇ ਦੁੱਧ ਕਿੰਨਾ ਜੀ? ਹਾਂ ਗਾਟੇ ਨਾਲ ਹੀ ਹੈ। ਦੁੱਧ ਕਿੰਨਾ ਭਾਈ? ਦੁੱਧ ਇਹਨਾਂ ਕੋਲ 7 ਕਿਲੋ। ਅੱਛਾ ਜੀ 7 ਲੀਟਰ ਦੁੱਧ ਹੈ, ਦੋ ਟਾਈਮਾਂ ਦਾ? ਹਾਂਜੀ ਦੋ ਟਾਈਮਾਂ ਦਾ, ਦੋ ਟਾਈਮ ਪਾੜੇ ਤੇ ਮਿਲਦੀ ਹੈ 7 ਲੀਟਰ ਦੁੱਧ। ਚੁੱਪੀਆਂ ਛੁਪਾਈਆਂ ਮੱਝਾਂ ਜੀ ਵਾੜੇ ਚੋਂ ਆਈਆਂ, ਠੀਕ ਹੋ ਜੀ, ਵਾੜੇ ਦੀਆਂ ਸਾਰੀਆਂ ਮੱਝਾਂ ਨੇ ਜੀ ਚੁੱਪੀਆਂ ਛੁਪਾਈਆਂ ਆਈਆਂ ਨੇ ਤੇ ਤੀਸਰਾ ਵਾਰਾ 7 ਲੀਟਰ ਦੁੱਧ ਪਹਾੜੇ ਤੇ ਮਿਲਦੀ ਦੋ ਟਾਈਮ। ਅੱਗੇ ਕਿਵੇਂ ਵਾ? ਅੱਗੇ ਫੰਡਰ ਹੀ ਹੈ ਜੀ, ਅੱਗੇ ਹੈਗੀ ਜੀ ਫੰਡਰ ਤੇ ਕੀ ਮੁਹੱਬਤਾਂ ਵਾਲੀ ਡਿਮਾਂਡ ਹੈ? ਇਹਦਾ 3,00,000 ਰੁਪਇਆ ਜੀ, 3,00,000 ਰੁਪਇਆ ਦੀ ਡਿਮਾਂਡ ਹੈ ਤੇ ਇਹਦੇ ਜੋ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਇਆ, 10,000 ਰੁਪਇਆ ਦੇ ਜੋ ਪਿਆਰ ਮੁਹੱਬਤ ਹੋਵੇਗਾ, 2,90,000 ਰੁਪਇਆ ਫਾਈਨਲ ਰੇਟ ਹੈ ਝੋਟੀ ਨੰਬਰ 3 ਦਾ। ਝੋਟੀ ਨੰਬਰ 4 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ ਭਾਵੇਂ ਵਲੇਟ ਕੇ ਜੇਬ 'ਚ ਪਾ ਲਓ, ਮਾਸ਼ਾਅੱਲਾ ਘੋੜੇ ਦੇ ਸੁੰਬਾ ਰੰਗੇ ਪੈਰ, ਅੱਲਾ ਤਾਲਾ ਬੜਾ ਪਾਵਰ ਵਾਲਾ ਗੁੱਲਾ ਲਾਇਆ, ਮਾਸ਼ਾਅੱਲਾ ਮੋਟਾ ਮੋਟਾ ਗੁੱਲਾ ਹੈ। ਤੇ ਮਾਸ਼ਾਅੱਲਾ ਜੀ ਕੁੰਡਾ ਸਿੰਘ ਮੋੜ ਕੇ ਮੱਥੇ ਤੇ ਰੱਖੀ ਖੜੀ ਹੈ, ਮੱਥੇ ਤੇ ਹੈਗੀ ਹੈ ਬੱਲੇ, ਲੈਣ ਦੇਣੇ ਮੁਕੱਦਰ, ਇਹ ਵੀ ਇੱਕ ਹੱਡੀ ਦੀ ਮਾਲਕ ਹੈ, ਨਵਾਬਾਂ ਦੀ ਟੋਰ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਲੈਣ ਦੇਣ ਮੁਕੱਦਰ, ਝੋਟੀ ਨੰਬਰ ਹੈਗੀ ਹੈ 4, ਰੋ ਲਿਆ ਵਾ। ਇਹਦੀ ਵੀ ਡਿਟੇਲ ਜਿਹੜੀ ਹੈ ਭਾਈ ਇਰਫਾਨ ਤੋਂ ਲੈਂਦੇ ਹਾਂ ਜੀ। ਭਾਈ ਇਰਫਾਨ ਝੋਟੀ ਨੰਬਰ 4 ਤੀਸਰੇ ਵਾਰੇ ਆ, ਇਹ ਵੀ ਤੀਸਰੇ ਵਾਰੇ ਆ, ਤੀਜਾ ਵਾਰਾ ਤੇ ਦੁੱਧ 6 ਲੀਟਰ, 6 ਲੀਟਰ ਦੁੱਧ ਦੋ ਟਾਈਮਾਂ ਦਾ ਪਹਾੜੇ ਤੇ, ਪਹਾੜੇ ਤੇ ਮਿਲਦੀ ਹੈ ਜੀ ਵਾਰਾ ਤੀਜਾ 6 ਲੀਟਰ ਦੁੱਧ ਦੋ ਟਾਈਮ ਦਾ। ਤੇ ਅੱਗੇ ਭਾਅ ਜੀ ਕਿਵੇਂ? ਫੰਡਰ ਹੀ ਹੈ ਜੀ, ਅੱਗੇ ਹੈਗੀ ਜੀ ਫੰਡਰ, ਦੁੱਧ ਵਾਲੀ ਮੱਝ ਹੈ। ਤੇ ਕੀ ਇਹਦੀ ਮੁਹੱਬਤਾਂ ਦੀ ਡਿਮਾਂਡ ਜੀ? 2,65,000 ਰੁਪਇਆ, 2,65,000 ਰੁਪਇਆ ਦੀ ਡਿਮਾਂਡ ਹੈ। ਤੇ ਇਹਦੇ ਚੋਂ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਇਆ ਪਿਆਰ ਮੁਹੱਬਤ ਹੋਵੇਗਾ, 2,55,000 ਰੁਪਇਆ ਫਾਈਨਲ ਡਿਮਾਂਡ ਹੈ ਝੋਟੀ ਨੰਬਰ 4 ਦੀ। ਝੋਟੀ ਨੰਬਰ 5 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ ਸੱਜਰਾਂ ਵਾਲੇ ਹਵਾਨੇ, ਲੈਣੇ ਦੇ ਮੁਕੱਦਰ, ਲੈਣੀ ਸਾਡੇ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾਂ 'ਚ। ਤੇ ਮਾਸ਼ਾਅੱਲਾ ਚੱਪਾ ਚੱਪਾ ਉੱਤੇ ਪਸ਼ਮ, ਚੰਗੇ ਕਦਾਂ ਕਾਠਾਂ ਦੀ ਮਾਲਕ, 2.5 ਤੋਂ 3 ਫੁੱਟ ਲੰਮੀ ਗਰਦਨ, ਮਾਸ਼ਾਅੱਲਾ ਕਾਲੀਆਂ ਸ਼ਾਖਾਂ, ਮੁਸ਼ਕਿਲ ਝੋਟੀ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਤੇ ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲਾ, ਸੱਜਣਾਂ ਵਾਲੇ ਹਵਾਨੇ, ਹਰ ਚੀਜ਼ ਕੈਮਰੇ ਦੀ ਨਜ਼ਰ, ਲੈਣ ਦੇਣੇ ਮੁਕੱਦਰ, ਕੱਚ ਦਾ ਬਣਿਆ ਖਿਲਾਉਣਾ, ਝੋਟੀ ਨੰਬਰ 5 ਜੀ। ਭਾਈ ਇਰਫਾਨ ਮੋੜ ਲਿਆ ਵਾਰੇ ਜੀ, ਮਾਸ਼ਾਅੱਲਾ ਜੀ ਦੂਜਾ ਵਾਰ ਆ ਇਹਨੇ ਹੁਣ। ਹਾਂਜੀ, ਤੇ ਕੀ ਕਿੰਨਾ ਦੁੱਧ ਜੀ? 6 ਲੀਟਰ ਦੁੱਧ। ਅੱਛਾ ਜੀ, 45 ਦਿਨਾਂ ਦੀ ਡਾਕਟਰ ਪਾਸ, 45 ਦਿਨਾਂ ਦੀ ਡਾਕਟਰ ਪਾਸ ਹੈ। 6 ਲੀਟਰ ਦੁੱਧ ਪਹਾੜੇ ਤੇ ਮਿਲਦੀ ਹੈ, ਦੋ ਟਾਈਮ 3-3 ਲੀਟਰ ਦੁੱਧ ਹੈ ਝੋਟੀ ਨੰਬਰ 5 ਕੋਲ। ਤੇ ਮਾਸ਼ਾਅੱਲਾ ਕਬੂਤਰੀ ਰੰਗੀ ਝੋਟੀ ਹੈ, ਚੰਗੇ ਕਦਾਂ ਕਾਠਾਂ ਦੀ ਮਾਲਕ ਹੈ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ। ਅੱਛਾ ਜੀ, 45 ਦਿਨਾਂ ਦੀ ਡਾਕਟਰ ਪਾਸ ਹੈ? ਹਾਂਜੀ ਡਾਕਟਰ ਪਾਸ ਹੁੰਦੀ ਹੈ। ਹਾਂਜੀ ਡਾਕਟਰ ਪਾਸ ਹੈ ਜੀ। ਅੱਛਾ ਜੀ, ਡਾਕਟਰ ਪਾਸ ਹੈਗੀ ਹੈ 45 ਦਿਨਾਂ ਦੀ।
ਗਰੰਟੀ ਸ਼ੁਦਾ ਜਿਹੜਾ ਦੋਸਤ ਵੀ ਚਾਹੇ ਉਹ ਆ ਕੇ ਚੈੱਕ ਕਰਾ ਸਕਦਾ। ਬੜਾ ਪਾਵਰ ਵਾਲਾ ਗੁੱਲਾ ਹੈ, 12 ਮਹੀਨੇ ਦਾ ਜੀ। ਦੂਜਾ 6 ਲੀਟਰ ਦੁੱਧ ਹੈ ਅਤੇ ਕੀ ਮੁਹੱਬਤਾਂ ਦੀ ਡਿਮਾਂਡ ਜੀ? 3,10,000 ਰੁਪਇਆ। 3,00,000 ਅਤੇ 10,000 ਰੁਪਇਆ ਇਹਦੀ ਡਿਮਾਂਡ ਹੈ, ਅਤੇ ਇਹਦੇ 'ਚੋਂ ਪਿਆਰ ਮੁਹੱਬਤ ਕਿੰਨਾ ਕਰੇਗਾ? 10,000 ਰੁਪਇਆ ਇਹਦੇ 'ਚੋਂ ਪਿਆਰ ਮੁਹੱਬਤ ਹੋਵੇਗਾ। ਫਾਈਨਲ ਡਿਮਾਂਡ ਹੈਗੀ ਹੈ 3,00,000 ਰੁਪਇਆ ਝੋਟੀ ਨੰਬਰ 5 ਦੀ, ਅਤੇ ਝੋਟੀ ਨੰਬਰ 6 ਦੀਆਂ ਕਰਾ ਦੇਣੀਆਂ ਤਸੱਲੀਆਂ। ਮਾਸ਼ਾਅੱਲਾ ਬਰੀਕ ਧਾਗੇ ਰੰਗੀ ਪੂਛ ਹੈ, ਫੁੱਲ ਖੂਨ ਪਿੱਛ ਹੈ, ਮਿੰਨੀ ਝੋਟੀ ਹੈ ਮਾਸ਼ਾਅੱਲਾ, ਚੱਪਾ ਚੱਪਾ ਉੱਤੇ ਪਸ਼ਮ ਹੈ, ਚਿੱਟੀਆਂ ਸਫੈਦ ਅੱਖਾਂ, ਲੈਣੇ ਦੇ ਨੇ ਮੁਕੱਦਰ, ਲੈਣੇ ਸਾਡੇ ਉਸ ਵੀ ਮੈਂ ਜਿੰਦੇ ਹੋਈ ਮੁਕੱਦਰਾਂ 'ਚ। ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲਾ, ਤੁੰਨੀ ਕੌਲੀ ਦਾ ਨਾਮੋ ਨਿਸ਼ਾਨ ਨਹੀਂ। ਮਾਸ਼ਾਅੱਲਾ ਪਹਿਲਵਾਨ ਝੋਟੀ ਹੈ, ਝੋਟੀ ਨੰਬਰ ਹੈਗੀ ਹੈ ਜੀ 5, ਸੋਰੀ ਝੋਟੀ ਨੰਬਰ ਹੈਗੀ ਹੈ 6, ਮਿੰਨੀ ਝੋਟੀ ਹੈ ਮਾਸ਼ਾਅੱਲਾ, ਲੈਣੇ ਦੇ ਨੇ ਮੁਕੱਦਰ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਬੜਾ ਪਾਵਰ ਵਾਲਾ ਗੁੱਲਾ ਜੀ। ਭਾਈ ਇਰਫਾਨ ਝੋਟੀ ਨੰਬਰ 6 ਮਿੰਨੀ ਝੋਟੀ ਦੂਸਰੇ ਵਾਰੇ ਹੈਗੀ ਜੀ। ਮਾਸ਼ਾਅੱਲਾ ਜੀ ਦੂਜਾ ਵਾਰਾ ਇਹਨੇ ਸੁਣਿਆ, ਦੂਜਾ ਵਾਰਾ ਤੇ ਦੁੱਧ ਕਿੰਨਾ ਜੀ? 6 ਲੀਟਰ ਦੁੱਧ। 6 ਲੀਟਰ ਦੁੱਧ ਦੋ ਟਾਈਮ ਪਹਾੜੇ ਤੇ ਮਿਲਦੀ ਹੈ। 6 ਲੀਟਰ ਦੁੱਧ ਹੈਗਾ, ਦੋ ਟਾਈਮਾਂ ਦਾ 3-3 ਲੀਟਰ, ਤੇ ਅੱਗੇ ਕਿਵੇਂ ਬਾਹਰ? ਅੱਗੇ ਫੰਡਰ ਹੈ ਜੀ। ਅੱਛਾ ਜੀ, ਅੱਗੇ ਹੈਗੀ ਜੀ ਫੰਡਰ, ਤੇ ਕੀ ਮੁਹੱਬਤਾਂ ਦੀ ਡਿਮਾਂਡ ਜੀ? ਇਹਦਾ 2,70,000 ਰੁਪਇਆ। 2,70,000 ਰੁਪਇਆ ਇਹਦੀ ਡਿਮਾਂਡ ਹੈ। ਦੋ ਲੱਖ ਤੇ ਸੱਤਰ ਹਜ਼ਾਰ ਰੁਪਇਆ ਇਹਦੀ ਡਿਮਾਂਡ ਹੈ ਤੇ ਮੀਨ ਹਲਦੇ ਨੇ ਬਾਅਦ ਹਾਂਜੀ ਦੋਵੇਂ ਮੀਨ ਟੱਕ ਟੱਕ ਹਿਲਦੇ ਅੱਛਾ ਜੀ ਦੋਵੇਂ ਮੀਨ ਹਲਦੇ ਨੇ ਤੇ ਕੀ ਮੁਹੱਬਤਾਂ ਦੀ ਡਿਮਾਂਡ ਜੀ ਇਹਦੀ? ਮਾਸ਼ਾਅੱਲਾ ਜੀ 2,70,000 ਰੁਪਇਆ ਇਹਦੀ ਡਿਮਾਂਡ ਹੈ
ਇਹ ਗਾਂ ਹੈਗੀ ਏ ਕਾਲੇ ਤੇ ਡੱਬੇ ਰੰਗ ਚ, ਮਾਸ਼ਾਅੱਲਾ ਬੜਾ ਪਾਵਰ ਵਾਲਾ ਗੁੱਲਾ, ਮੋਟਾ ਮੋਟਾ ਗੁੱਲਾ, ਕਾਲਾ ਡੱਬੇ ਗੁੱਲਾ, ਲੈਣ ਦੇ ਨੇ ਮੁਕੱਦਰ ਤੇ ਮਾਸ਼ਾਅੱਲਾ ਨਸਰਜ਼ਾਦ ਦੀ 200 ਗ੍ਰਾਮ ਭਰਾਵਾਂ ਨੇ ਪਹਿਚਾਣ ਖੁਦ ਕਰਨੀ ਹੈ। ਮਾਸ਼ਾਅੱਲਾ ਨਿੱਕੀ ਨਿੱਕੀ ਸਿੰਗੀ, ਹਰ ਚੀਜ਼ ਕੈਮਰੇ ਦੀ ਨਜ਼ਰ ਹੈ, ਲੈਣ ਦੇ ਨੇ ਮੁਕੱਦਰ। ਜੀ ਭਾਈ ਇਰਫਾਨ, ਗਾਂ ਕਿਸ ਨਸਲ ਦੀ ਹੈ? ਕ੍ਰਾਸ ਹੈਗੀ ਜੀ ਗਾਂ। ਅੱਛਾ ਜੀ, ਕ੍ਰਾਸ ਗਾਂ ਜੀ, ਮਾਸ਼ਾਅੱਲਾ। ਤੇ ਕਿੰਨਾ ਦੁੱਧ ਦਿੰਦੇ ਕੋਲ? 8 ਲੀਟਰ ਦੁੱਧ ਹੈ ਜੀ, ਮਗਰ ਵੱਛਾ ਹੈ। ਮਾਸ਼ਾਅੱਲਾ ਜੀ, 8 ਲੀਟਰ ਦੁੱਧ, 2 ਟਾਈਮਾਂ ਦਾ ਤੇ ਮਗਰ ਹੈਗਾ ਇਹਦੇ ਜੀ। ਇਹ ਵੱਛਾ ਮਾਸ਼ਾਅੱਲਾ ਪਲਿਆ ਪਲੋਸਾ ਵੱਛਾ ਹੈਗਾ, ਲੈਣ ਦੇ ਨੇ ਮੁਕੱਦਰ। ਲੈਣੀ ਸਾਡੀ ਉਸ ਵੀ ਨੇ ਜਿੰਦੇ ਮੁਕੱਦਰਾਂ 'ਚ। ਤੇ ਅੱਛਾ ਜੀ, 8 ਲੀਟਰ ਦੁੱਧ ਹੈਗਾ। ਹਾਂਜੀ। ਤੇ ਅੱਗੇ ਕਿਵੇਂ ਭਾ? ਅੱਗੇ ਫੰਡਰ ਹੀ ਹੈ ਜੀ। ਅੱਛਾ, ਅੱਗੇ ਹੈਗੀ ਹੈ ਫੰਡਰ। ਤੇ ਕੀ ਮੁਹੱਬਤਾਂ ਵਾਲੀ ਡਿਮਾਂਡ ਹੈ? 2,65,000 ਰੁਪਇਆ ਜੀ। 2,65,000 ਰੁਪਇਆ ਇਹਦੀ ਡਿਮਾਂਡ ਹੈ। ਤੇ ਇਹਦੇ 'ਚੋਂ ਪਿਆਰ ਮੁਹੱਬਤ ਕਿੰਨਾ ਕਰੇ? 10,000 ਰੁਪਇਆ ਇਹਦੇ 'ਚੋਂ ਪਿਆਰ ਮੁਹੱਬਤ ਹੋਵੇਗਾ। ਫਾਈਨਲ ਜਿਹਾ ਰੇਟ ਹੈਗਾ ਜੀ 2,55,000 ਰੁਪਇਆ ਇਸ ਗਾਂ ਦਾ। ਅੱਛਾ ਜੀ, ਅੱਗੇ ਜਾਨਵਰ ਕਿਹੜਾ? ਤਿਆਰ ਹੈਗਾ। ਅੱਛਾ ਜੀ, ਅੱਛਾ ਹੁਣ ਰਹਿਣ ਦੀ। ਲਓ ਜੀ 200 ਵੀਰ ਭਰਾਓ, ਜਿਹੜੇ ਸਾਡੇ 200 ਵੀਰ ਭਰਾ ਨੂੰ ਇਹਨਾਂ 8 ਡੰਗਰਾਂ 'ਚੋਂ ਜਿਹੜਾ ਜਿਹੜਾ ਨੰਬਰ ਪਾਸ ਹੋਵੇ ਉਹ ਆਪਣੇ ਨਾਲ ਕਰ ਸਕਦਾ ਰਾਬਤਾ। ਆਪਣਾ ਵਟਸਐਪ ਨੰਬਰ ਹੁੰਦਾ 0300-42-67-285, ਇਹ ਵਟਸਐਪ ਅਤੇ ਈਮੋ ਦਾ ਨੰਬਰ ਹੈ, ਇਸੇ ਨੰਬਰ 'ਤੇ ਰਾਬਤਾ ਕਰਨਾ। ਮਿਲਾਂਗੇ ਇੱਕ ਬਿਹਤਰੀਨ ਵੀਡੀਓ ਨਾਲ। ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਦੇਣੀ ਇਜਾਜ਼ਤ। ਮਾਰਨੇ ਹੁਣ ਨਾਰਾ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ।